ਪੰਜਾਬੀ ਗਾਣੇ ਗਾਉਣ ਵਾਲੇ ਸਿੰਗਰ ਅਕਸਰ ਸਸਤੀ ਸ਼ੋਹਰਤ ਅਤੇ ਪੈਸਿਆਂ ਦੇ ਲਾਲਚ ਦੇ ਵਿੱਚ ਲੱਚਰ ਗਾਇਕੀ ਗਾਉਣ ਮੂਹਰੇ ਗੋਡੇ ਟੇਕ ਜਾਂਦੇ ਨੇ। ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਇੱਕ ਸ਼ਖਸ ਖੜਾ ਹੈ, ਇਹਦਾ ਨਾਂ ਹੈ ਪ੍ਰੋਫੈਸਰ ਤਰੇਨਵਰ ਰਾਓ, ਜੋ ਕਿ ਮੂਲ ਰੂਪ ਨਾਲ ਕਰਨਾਟਕ ਦੇ ਵਾਸੀ ਨੇ, ਪਰੰਤੂ ਇੱਕ ਚੰਗੀ ਸੋਚ ਰੱਖਦੇ ਨੇ ਕਿ ਪੰਜਾਬ ਦੇ ਵਿੱਚ ਜੋ ਲੱਚਰ ਗਾਇਕੀ ਦਾ ਟ੍ਰੈਂਡ ਚੱਲ ਰਿਹਾ ਉਹਨੂੰ ਪੰਜਾਬੀ ਸੱਭਿਆਚਾਰ ਦਾ ਅਟੁੱਟ ਅੰਗ ਨਹੀਂ ਬਣਨ ਦਿੱਤਾ ਜਾਵੇਗਾ। ਬਾਕੀ ਗੱਲਾਂ ਅਸੀਂ ਪ੍ਰੋਫੈਸਰ ਤਰੇਨਵਰ ਰਾਓ ਨਾਲ ਕਰਦੇ ਹਾਂ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਇਤਰਾਜ਼ ਕੀ ਹੈ ਅਤੇ ਹੁਣ ਤੱਕ ਉਹਨਾਂ ਨੇ ਇਹਦੇ ਬਾਰੇ ਕੀ ਕੁਛ ਕੀਤਾ ਹੈਗਾ। ਤਰੇਨਵਰ ਰਾਓ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ। ਸ਼ੁਕਰੀਆ, ਮਿਹਰਬਾਨੀ। ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਨੂੰ ਗਿੱਪੀ ਗਰੇਵਾਲ ਨਾਲ ਤਕਲੀਫ ਕੀ ਹੈ? ਤਕਲੀਫ ਤਾਂ ਇੱਕੋ ਇੱਕ ਹੈ, ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਖਿਲਾਫ਼ ਕੰਮ ਕਰਦੇ ਪਏ ਨੇ। ਉਹਨਾਂ ਦਾ ਇੱਕ ਨਵਾਂ ਵੈਬ ਸੀਰੀਜ਼ ਆ ਰਹੇ ਨੇ, ਉਹਨਾਂ ਦਾ ਨਾਂ ਹੈਗਾ ਵਾਰਨਿੰਗ, ਅਤੇ ਪੋਸਟਰ ਦੇ ਉੱਤੇ ਸਭ ਤੋਂ ਉੱਪਰ ਲਿਖਿਆ ਹੈ, ਵਿਹਲੇ ਆ ਬੰਦਾ ਬੁੰਦਾ ਹੀ ਮਰਵਾ ਲਓ। ਦੱਸੋ ਮੈਨੂੰ, ਇਹੋ ਜਿਹਾ ਪੋਸਟਰ ਬਣਾ ਕੇ ਗਿੱਪੀ ਗਰੇਵਾਲ ਸਾਹਿਬ ਨੇ ਆਪਣੀ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੇ ਨੇ? ਨੌਜਵਾਨ ਨੂੰ ਕਿਹੜਾ ਤੁਸੀਂ ਇੱਕ ਮੈਸੇਜ ਦਿੰਦੇ ਹੋ? ਇਹ 'ਚ ਇਹੋ ਜਿਹਾ ਭੜਕਾਊ, ਇਹੋ ਜਿਹਾ ਹਥਿਆਰੀਪਣ ਦੀ ਗੱਲ ਕਰਦੇ ਹੋ? ਇਹ ਜੋ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਗੈਂਗਸਟਰ ਕਲਚਰ ਨੂੰ ਖਤਮ ਕਰਨ ਲਈ ਕੋਸ਼ਿਸ਼ ਕਰਦੇ ਪਏ ਨੇ, DGP ਸਾਹਿਬ ਇਹੋ ਜਿਹਾ ਕਲਚਰ ਨੂੰ ਖਤਮ ਕਰਨ ਲਈ ਕੰਮ ਕਰ ਰਹੇ ਨੇ, ਪਰ ਤੁਸੀਂ ਇਹੋ ਜਿਹਾ ਕੰਮ ਕਰੋਗੇ ਜੋ ਆਪਣੇ ਆਪ ਨੂੰ ਕਲਾਕਾਰ ਮੰਨਦੇ ਹੈ? ਮੈਂ ਮੰਨਦਾ ਹੈ ਇਹਨਾਂ ਨੇ ਅਰਦਾਸ ਵਰਗੇ ਬਹੁਤ ਵਧੀਆ ਫਿਲਮ ਕੱਢੇ ਨੇ, ਪਰ ਅਰਦਾਸ ਵਰਗੇ ਫਿਲਮ ਬਣਾਉਣ ਵਾਲੇ ਇਹੋ ਜਿਹਾ ਬੇਤੁਕ ਕੰਮ ਕਰਨਾ ਇਹ ਗੈਰ ਕਾਨੂੰਨੀ ਹੈ। ਮੈਂ ਕਾਰਵਾਈ ਕਰਾਵਾਂਗਾ। ਕੀ ਕਾਰਵਾਈ ਕਰਨਾ ਚਾਹੋਗੇ ਤੁਸੀਂ ਇਹਨਾਂ ਦੇ ਖਿਲਾਫ? ਇੱਕੋ ਇੱਕ ਹੋਏਗੀ ਸਰ, ਇਹ ਇਹੋ ਜਿਹਾ ਲੱਚਰ ਸ਼ਰਾਬੀ ਹਥਿਆਰੀ ਗਾਣੇ ਬਣਾਉਣ ਵਾਲੇ ਇਹ ਨਹੀਂ ਬਚ ਸਕਦੇ, ਭਾਵੇਂ ਹਿੰਦੁਸਤਾਨ ਵਿੱਚ ਹੋਵੇ ਭਾਵੇਂ ਵਿਦੇਸ਼ ਵਿੱਚ ਹੋਵੇ। ਉਹਨਾਂ ਦੇ ਖਿਲਾਫ਼ ਮੈਂ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਵੀ ਕੇਸ ਚੱਲਦਾ ਪਿਆ ਸੀ, ਉਹ ਕੋਰਟ ਨੇ ਕਿਹਾ ਕਿ ਇਹੋ ਜਿਹਾ ਭੜਕਾਊ ਗਾਣਾ ਲੱਚਰ ਸ਼ਰਾਬੀ ਗਾਣਾ ਨਹੀਂ ਚੱਲ ਸਕਦੇ। ਇਹ ਗਿੱਪੀ ਗਰੇਵਾਲ ਦੇ ਖਿਲਾਫ਼ ਕਾਰਵਾਈ ਇਹ ਹੋਏਗੀ, ਪਹਿਲੇ ਤਾਂ ਸਾਈਬਰ ਕ੍ਰਾਈਮ ਦੇ ਵਿੱਚ ਇਹਨਾਂ ਦਾ ਸ਼ਿਕਾਇਤ ਦਰਜ ਹੋਏਗੀ। ਮੈਨੇ DGP ਸਾਹਿਬ ਨੂੰ ਭੇਜਿਆ ਹੈ ਸ਼ਿਕਾਇਤ, ਉਹਨਾਂ ਨੇ ਸਾਈਬਰ ਕ੍ਰਾਈਮ ਨੂੰ ਭੇਜਿਆ ਹੈ, ਹੁਣ ਕਾਰਵਾਈ ਸ਼ੁਰੂ ਹੋ ਜਾਣਾ, ਉਹ ਜਿਹੜੇ ਵੀ ਧਾਰਾ ਲੱਗੂਗਾ ਉਹਨਾਂ 'ਤੇ ਕਾਰਵਾਈ ਹੋਏਗੀ। ਰਾਓ ਸਾਹਿਬ, ਗਿੱਪੀ ਗਰੇਵਾਲ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਗਾਇਕ ਗਾ ਰਹੇ ਨੇ ਇਹੋ ਜਿਹੇ ਗਾਣੇ, ਹਨੀ ਸਿੰਘ ਦੇ ਖਿਲਾਫ਼ ਪਰਚਾ ਹੋਣ ਤੋਂ ਬਾਅਦ ਤੁਹਾਨੂੰ ਕੀ ਉਮੀਦਾਂ ਹੋਈਆਂ ਨੇ? ਉਮੀਦ ਬਹੁਤ ਹੈ ਸਰ। ਤੁਸੀਂ 12 ਸਪਟੰਬਰ ਲਖਨਊ ਕੋਰਟ ਦੇ ਵਿੱਚ ਵੀ ਹਨੀ ਸਿੰਘ ਦੇ ਖਿਲਾਫ਼ ਗੈਰ ਜ਼ਮਾਨਤ ਨੋਟਿਸ ਕੱਢਿਆ ਗਿਆ, ਉਹਨਾਂ ਨੂੰ ਹਾਜ਼ਰੀ ਹੋਣਾ ਉੱਥੇ, ਇੱਥੇ ਵੀ ਪੰਜਾਬ ਪੁਲਿਸ ਦੇ ਵਿੱਚ ਵੀ ਉਹਨਾਂ ਨੂੰ ਹਾਜ਼ਰ ਹੋਣਾ ਹੈਗਾ। ਮੈਨੂੰ ਅਜੇ ਤੱਕ ਉਹ ਗ੍ਰਿਫਤਾਰ ਨਹੀਂ ਹੋਏ? ਗ੍ਰਿਫਤਾਰ ਉਹ ਭੱਜ ਕੇ ਘੁੰਮ ਰਹੇ ਨੇ, ਪਰ ਮੈਨੂੰ ਲੱਗਦਾ ਹੈ ਪੰਜਾਬ ਪੁਲਿਸ ਤੋਂ ਕੋਈ ਨਹੀਂ ਭੱਜ ਸਕਦਾ। ਪੰਜਾਬ ਪੁਲਿਸ ਬਹੁਤ ਹੀ ਤਰਕ ਨਾਲ ਬਹੁਤ ਹੀ ਕਮਾਲ ਦਾ ਕੰਮ ਕਰਦਾ ਹੈ, ਇੱਕ ਦਿਨ ਇਹਨਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟਣਾ, ਇਹਨਾਂ ਨੂੰ ਜਾਣਦੇ ਨੇ। ਇਹ ਤਰਕ ਵਾਲੀ ਗੱਲ ਇਹ ਹੋਏਗੀ, ਸਮਝਦਾਰੀ ਗੱਲ ਇਹ ਹੋਏਗੀ ਕਿ ਤੁਸੀਂ ਇਹ ਲੱਚਰ ਸ਼ਰਾਬੀ ਹਥਿਆਰੀ ਗਾਣੀ ਛੱਡੋ, ਪੰਜਾਬੀਅਤ ਦੀ ਗਾਣਾ ਗਾਓ, ਵਿਰਾਸਤ ਦੀ ਗੱਲ ਕਰੋ, ਬਾਬਾ ਨਾਨਕ ਦੀ ਗਾਣਾ ਗਾਓ ਅਤੇ ਸਨਮਾਨ ਹੋਏਗੀ। ਵਰਨਾ ਇਹਨਾਂ ਨੂੰ ਇਹ ਕਿੰਨੇ ਦਿਨ ਤੁਸੀਂ ਭੱਜੋਗੇ? ਪੰਜਾਬ ਪੁਲਿਸ ਤੋਂ ਨਹੀਂ ਭੱਜਣਗੇ, ਹਨੀ ਸਿੰਘ ਹੋਏ ਭਾਵੇਂ ਕੋਈ ਹੋਏ, ਇਸ ਇੱਕ ਦਿਨ ਜੇਲ੍ਹ ਜਾਣਗੇ। ਤੁਸੀਂ ਇਹਦੇ ਖਿਲਾਫ਼ ਕਾਫ਼ੀ ਦੇਰ ਤੋਂ ਸੰਘਰਸ਼ ਕਰ ਰਹੇ ਹੋ, ਤੁਸੀਂ ਹਾਈਕੋਰਟ ਵੀ ਗਏ, ਹਾਈਕੋਰਟ ਦੀ ਕੀ ਰੂਲਿੰਗ ਆਈ ਹੈ ਰੀਸੈਂਟਲੀ? ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ। ਹਾਈਕੋਰਟ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਮੇਰੇ PIL 'ਤੇ ਪਿਛਲੇ 2 ਸਾਲ ਤੋਂ ਸੁਣਵਾਈ ਕਰਨ ਤੋਂ ਬਾਅਦ ਅਤੇ ਹੋਰ ਵੱਖ ਵੱਖ PIL ਨੂੰ ਸੁਣਨ ਤੋਂ ਬਾਅਦ 2 ਮੁੱਦੇ 'ਤੇ ਬਹੁਤ ਵਧੀਆ ਇੱਕ ਫੈਸਲਾ ਸੁਣਾਇਆ 22/7/2019 ਤੋਂ। ਇਹ ਮੇਰੇ ਕੋਲ ਹੈਗਾ ਇਹਨਾਂ ਦਾ ਆਰਡਰ ਕਾਪੀ, ਇਹਦੇ ਵਿੱਚ ਮਾਨਯੋਗ ਹਾਈਕੋਰਟ ਸਾਫ਼ ਸਾਫ਼ ਕਹਿੰਦਾ ਹੈ ਕਿ ਲੱਚਰ ਸ਼ਰਾਬੀ ਹਥਿਆਰੀ ਗਾਣੇ ਸਾਡੇ ਬੱਚੇ 'ਤੇ ਬਹੁਤ ਬੁਰੇ ਅਸਰ ਪੈ ਰਹੇ ਨੇ, ਇਹੋ ਜਿਹਾ ਗਾਣਾ ਨਹੀਂ ਚੱਲਣਾ ਚਾਹੀਦਾ, ਮੰਚ 'ਤੇ ਇਹੋ ਜਿਹਾ ਗਾਣਾ ਨਹੀਂ ਚਲਾ ਸਕਦੇ ਤੁਸੀਂ, ਭੜਕਾਓ ਗਾਣੇ। ਇਸ ਤੋਂ ਇਲਾਵਾ ਸ਼ਾਦੀ ਦੇ ਵਿੱਚ ਇਹੋ ਜਿਹਾ ਗਾਣਾ ਨਹੀਂ ਚੱਲ ਸਕਦੇ, ਹੁਕਮ ਹੋ ਚੁੱਕਿਆ ਹੈ ਸਾਹਿਬ, ਮੇਰੇ ਕੋਲ ਹੈਗਾ ਕਾਪੀ। ਹੁਣ ਇਹ ਲੋਕ ਵੈਬ ਸੀਰੀਜ਼ ਦੁਆਰਾ ਇਹੋ ਜਿਹਾ ਹਰਕਤ ਕਰੋਗੇ, ਇਹ ਗੈਰ ਕਾਨੂੰਨੀ ਹੈ। ਮੈਂ ਤਾਂ ਸਿੱਧਾ ਇੱਕ ਸਪੈਸ਼ਲ ਐਪਲੀਕੇਸ਼ਨ ਮੂਵ ਕਰਾਂਗਾ, ਕੰਟੈਂਪਟ ਆਫ ਕੋਰਟ ਬਣੇਗੀ ਸਰ, ਇਹ ਜੇਲ੍ਹ ਜਾਣਗੇ, ਸਮਝਾ ਕਰੋ ਤੁਸੀਂ, ਇਹ ਜੇਲ੍ਹ ਜਾਣਗੇ। ਭਾਵੇਂ ਗਿੱਪੀ ਗਰੇਵਾਲ ਹੋਵੇ, ਭਾਵੇਂ ਉਹ ਅਲੀ ਮੰਗਟ ਹੋਵੇ, ਭਾਵੇਂ ਕਰਨ ਔਜਲਾ ਹੋਵੇ, ਸਿੰਘਾ ਹੋਵੇ, ਸਾਰੇ ਦੇ ਸਾਰੇ ਜੇਲ੍ਹ ਜਾਣਗੇ। ਇੱਥੇ ਲਿਖਿਆ ਮੈਂ, ਤੁਸੀਂ ਪੜ੍ਹੋ, ਆਈ ਵਿਲ ਫਾਈਲ ਕੰਟੈਂਪਟ ਆਫ ਕੋਰਟ। ਪਰ ਰਾਓ ਸਾਹਿਬ, ਉਹ ਤਾਂ ਗਿਣਤੀ ਦੇ ਵਿੱਚ ਬਹੁਤ ਸਾਰੇ ਨੇ ਜਿਹੜੇ ਪੰਜਾਬੀ ਗਾਇਕ ਨੇ, ਤੁਸੀਂ ਇਕੱਲੇ ਹੈਗੇ ਹੋ, ਤੁਹਾਨੂੰ ਡਰ ਨਹੀਂ ਲੱਗਦਾ? ਕਦੇ ਧਮਕੀ ਨਹੀਂ ਦਿੱਤੀ ਕਿਸੇ ਨੇ? ਡਰ ਕਿਉਂ ਲੱਗੇਗੀ? ਬਾਬਾ ਨਾਨਕ 'ਤੇ ਰਾਹ 'ਤੇ ਚੱਲੋਗੇ, ਨਾ ਡਰ ਹੈ ਨਾ ਭੈ ਹੈ, ਨਿਰਭੈ ਹੈ ਉਹ। ਤੁਸੀਂ ਕਰਕੇ ਦਿਓ ਕੋਈ ਇਹੋ ਜਿਹਾ ਕੰਮ, ਇਸ ਇਨਸਾਨੀਅਤ ਦੀ ਕੰਮ ਹੈ। ਮੈਂ ਬਾਬਾ ਨਾਨਕ ਦੇ ਨਾਂ ਲੈ ਕੇ ਚੱਲਣ ਵਾਲਾ, ਮੈਂ ਨਾ ਡਰਦਾ ਹੈ ਨਾ ਪਿੱਛੇ ਹਟਣ ਵਾਲਾ। ਮੈਂ ਤਾਂ ਇੱਕੋ ਇੱਕ, ਦੇਖੋ ਮੈਂ ਕਰਨਾਟਕ ਤੋਂ ਹਾਂ, ਮੈਂ ਪੰਜਾਬ ਦੀ ਰੋਟੀ ਖਾਧਾ ਹੈ ਰੋਜ਼, ਫਿਲਹਾਲ
ਪੰਜਾਬ ਦੀ ਪਾਣੀ ਪੀਂਦਾ ਹੈ, ਪੰਜਾਬੀ ਰੋਟੀ ਖਾ ਕੇ, ਪੰਜਾਬੀ ਪਾਣੀ ਪੀ ਕੇ, ਮੈਂ ਪੰਜਾਬੀ ਲੋਕਾਂ ਦੀ ਬੇਇੱਜ਼ਤੀ ਮੈਂ ਨਹੀਂ ਦੇਖ ਸਕਦਾ ਹੈ, ਪੰਜਾਬੀ ਔਰਤ ਦੀ ਬੇਇੱਜ਼ਤੀ ਗਾਣੇ ਦੇ ਵਿੱਚ ਮੈਂ ਨਹੀਂ ਦੇਖ ਸਕਦਾ, ਪੰਜਾਬੀ ਔਰਤ ਦੀ ਬੇਇੱਜ਼ਤੀ ਮੈਂ, ਇਸ ਲਈ ਮੈਂ ਇਹ ਕੰਮ ਕਰਾਂਗਾ, ਭਾਵੇਂ ਵੀ ਇਹ ਲੋਕ ਹਿੰਦੁਸਤਾਨ ਦੇ ਵਿੱਚ ਗਾਵੇ ਜਾਂ ਵਿਦੇਸ਼ ਵਿੱਚ ਗਾਵੇ, ਇੱਕ ਦਿਨ ਇਹ ਲੋਕ ਦੇਖਣਾ ਤੁਸੀਂ ਜੇਲ੍ਹ ਜਾਣਗੇ, ਚੰਗਾ ਹੋਏਗੀ, ਬਾਬਾ ਨਾਨਕ ਦੇ ਰਾਹ 'ਤੇ ਚੱਲੋ, ਨਾ ਡਰ ਹੈ ਨਾ ਭੈ ਹੈ, ਨਿਰਭੈ ਹੋਣਗੇ। ਰਾਓ ਸਾਹਿਬ, ਇਹ ਸਾਰੇ ਬੰਦਿਆਂ ਕੋਲ ਪੈਸੇ ਹੈਗੇ ਨੇ, ਇਹ ਵੈਲ ਐਸਟੈਬਲਿਸ਼ ਹੈਗੇ ਨੇ ਸਮਾਜ ਦੇ ਵਿੱਚ, ਗਿਣਤੀ ਦੇ ਵਿੱਚ ਬਹੁਤ ਸਾਰੇ ਨੇ, ਤੁਹਾਨੂੰ ਲੱਗਦਾ ਵੀ ਇਹਨਾਂ ਦੇ ਖਿਲਾਫ਼ ਪੁਲਿਸ ਕਾਰਵਾਈ ਕਰੂਗੀ? ਕਿਉਂ ਨਹੀਂ ਕਰੇਗੀ, ਹਨੀ ਸਿੰਘ ਦੇ ਖਿਲਾਫ਼ ਕਾਰਵਾਈ ਹੋ ਚੁੱਕਿਆ ਹੈ, ਲਖਨਊ ਕੋਰਟ ਦੇ ਵਿੱਚ ਗੈਰ ਕਾਨੂੰਨੀ ਗੈਰ ਜ਼ਮਾਨਤ ਅਰਜ਼ੀ ਹੋ ਚੁੱਕਿਆ ਹੈ। ਹਨੀ ਸਿੰਘ ਦੇ ਖਿਲਾਫ਼ ਜੋ ਪਰਚਾ ਹੋਇਆ ਉਹਦੇ ਨਾਲ ਫਿਰ ਹੌਸਲੇ ਬੁਲੰਦ ਹੋ ਗਏ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਹੁਣ ਗਿੱਪੀ ਗਰੇਵਾਲ ਵੀ ਨਹੀਂ ਬਚਣਗੇ, ਦੇਖੋਗੇ ਤੁਸੀਂ, ਕਿਉਂਕਿ ਇਹ ਸਾਰੇ ਦੇ ਸਾਰੇ ਕੰਟੈਂਪਟ ਕੋਰਟ ਦੇ ਵਿੱਚ ਅਧੀਨ ਆ ਜਾਂਦੇ ਨੇ, ਇਹ ਜੇਲ੍ਹ ਜਾਣਗੇ। ਚੰਗਾ ਇਹ ਹੋਏਗੀ ਕਿ ਇਹ ਲੋਕ ਇਹ ਸਾਰੇ ਰਾਹ ਛੱਡੋ, ਉਤਸਤ ਕਰੋ, ਮਾਨਯੋਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਵੀ ਕੰਮ ਕਰ ਰਹੇ ਨੇ ਕਿ ਇਹੋ ਜਿਹਾ ਗੈਂਗਸਟਰ ਕਲਚਰ ਹੋਵੇ ਸਾਡੇ ਪੰਜਾਬ ਇਹਦੇ ਦੀ ਗੱਲ ਕਰੋ, ਡੀ ਜੀ ਪੀ ਸਾਹਿਬ ਵੀ ਕੰਮ ਕਰ ਰਹੇ ਨੇ, ਤੁਸੀਂ ਇਹ ਛੱਡ ਕੇ ਗੈਰ ਕਾਨੂੰਨੀ ਕੰਮ ਕਰੋਗੇ, ਇਹ ਨਹੀਂ ਬਰਦਾਸ਼ਤ ਕੀਤਾ ਜਾਵੇਗਾ, ਇਹਨਾਂ ਨੂੰ ਸਜ਼ਾ ਹੋਵੇਗੀ। ਜੇ ਹੋਰ ਇਹ ਗੱਲ ਹੈ ਸਰ, ਇਹ ਵਿਸ਼ਵ ਸ਼ਾਂਤੀ ਲਈ ਖਤਰਾ ਹੈ, ਤੁਸੀਂ ਵਿਦੇਸ਼ ਕੈਨੇਡਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਅਮੈਰੀਕਾ ਦੇ ਵਿੱਚ ਗਾਓਗੇ, ਉਹ ਵੀ ਫੜਨਗੇ, ਕਿਉਂਕਿ ਉਹਨਾਂ ਦਾ ਵੀਸਾ PR ਵੀ ਰੱਦ ਹੋ ਸਕਦੀ ਹੈ, ਇੱਕ ਦਿਨ ਹੋਏਗੀ ਕਾਰਵਾਈ, ਦੇਖ ਲੈਣਾ ਤੁਸੀਂ। ਸਰ ਮੈਨੂੰ ਇਹ ਦੱਸੋ ਕਿ ਤੁਹਾਨੂੰ ਲੱਗਦਾ ਕੀ ਹੈ ਹੁਣ ਅੱਗੇ, ਤੁਹਾਡਾ ਕੀ ਕੁਛ ਕਰੋਗੇ ਤੁਸੀਂ ਅੱਗੇ? ਤੋਂ ਇੱਕ ਹੋਇਆ ਕਿ ਸਾਰੇ ਦੇ ਸਾਰੇ ਨਜ਼ਰ ਰੱਖੇ ਹੋਇਆ, ਅਸੀਂ ਇਹ ਕਮੇਟੀ ਬਣਾ ਚੁੱਕੇ ਹੁਣ, ਅਸੀਂ ਦੇਖਦੇ ਹਾਂ ਕਿ ਕਿੱਥੇ ਇਹ ਲੋਕ ਰਿਕਾਰਡਿੰਗ ਕਰਦੇ ਨੇ, ਰਿਕਾਰਡਿੰਗ ਕੰਪਨੀ 'ਤੇ ਵੀ ਹਮਲਾ ਹੋਏਗੀ, ਕਿ ਉਹਨਾਂ ਦਾ ਰਿਕਾਰਡਿੰਗ ਕੰਪਨੀ ਖਤਮ ਕੀਤਾ ਜਾਵੇ, ਇਹ ਰਿਕਾਰਡਿੰਗ ਇਹੋ ਜਿਹਾ ਨਹੀਂ ਗਾ ਕਰ ਸਕਦੇ, ਭਾਵੇਂ ਹਿੰਦੁਸਤਾਨ ਦੇ ਵਿੱਚ, ਵਿਦੇਸ਼ ਵਿੱਚ ਹੋਵੇ। ਇੱਕੋ ਇੱਕ ਹੈ ਕਿ ਮੇਰਾ ਆਉਣ ਵਾਲੇ ਸਮੇਂ ਦੇ ਵਿੱਚ ਕੋਰਟ ਦੀ ਜਿਹੜੀ ਹੁਕਮ ਹੈ ਉਹਨਾਂ ਨੂੰ ਲਾਗੂ ਕਰਵਾਉਣਾ ਹੈਗਾ, ਕੰਟੈਂਪਟ ਆਫ ਕੋਰਟ ਇੱਕ 'ਤੇ ਲਾਗੂ ਕਰਾਊਂਗਾ ਮੈਂ। ਰਾਓ ਸਾਹਿਬ, ਤੁਸੀਂ ਮੂਲ ਰੂਪ ਨਾਲ ਕਰਨਾਟਕ ਦੇ ਰਹਿਣ ਵਾਲੇ ਹੋ, ਅਤੇ ਤੁਹਾਨੂੰ ਪੰਜਾਬੀ ਨਾਲ ਇੰਨਾ ਪਿਆਰ ਕਿਉਂ ਹੈ? ਚੱਲੀ ਜਾਣ ਦਿਓ ਜਿਵੇਂ ਚੱਲਦਾ ਕੰਮ। ਨਹੀਂ ਨਹੀਂ ਨਹੀਂ, ਦੇਖੋ ਇਨਸਾਨੀਅਤ ਦੀ ਤੁਸੀਂ ਕਹਾਣੀ ਸੁਣੋਗੇ, ਇਨਸਾਨੀਅਤ ਦੀ ਪਾਠ ਜੇ ਤੁਸੀਂ ਸਿੱਖਾ ਹੋਣਾ, ਜਿੱਥੇ ਤੁਸੀਂ ਵੱਸਦੇ ਹੋ ਉੱਥੋਂ ਦੀ ਭਾਸ਼ਾ ਅਤੇ ਸੱਭਿਆਚਾਰ ਦਾ ਸਤਿਕਾਰ ਕਰਨਾ ਹੈ। ਮੈਂ ਭਾਵੇਂ ਕਰਨਾਟਕ ਤੋਂ, ਮੈਂ ਹੁਣੀ ਕਿਹਾ, ਮੇਰੇ ਪਿਤਾ ਜੀ ਇੱਕ ਸਕੂਲ ਟੀਚਰ ਸਨ, ਉਹਨਾਂ ਨੇ ਮੈਨੂੰ ਸਿਖਾਇਆ ਹੈ ਕਿ ਜ਼ਿੰਦਗੀ ਦੇ ਵਿੱਚ ਭਾਵੇਂ ਜਿੱਥੇ ਮਰਜ਼ੀ ਵੱਸ ਜਾਓ, ਉੱਥੇ ਦੀ ਲੋਕਾਂ ਦੀ ਸੱਭਿਆਚਾਰ, ਲੋਕਾਂ ਨੂੰ ਸਤਿਕਾਰ ਕਰੋ। ਮੇਰੇ ਪਿਤਾ ਜੀ ਮੈਨੂੰ ਸਿਖਾਇਆ, ਉਹਨਾਂ ਨੇ ਇੱਕ ਉਦਾਹਰਣ ਵੀ ਦਿੰਦੇ ਸਨ, ਇਹ ਕੁੱਤਾ ਜੇਕਰ ਇੱਕ ਰੋਟੀ ਖਾਧਾ ਹੈ, ਪੂਰਾ ਰਾਤ ਭਰ ਰੱਖਿਆ ਕਰਕੇ ਮੁੜ ਕੇ ਆਉਂਦੀ ਹੈ ਕੁੱਤਾ, ਜੇਕਰ ਕੁੱਤੇ ਦੇ ਵਿੱਚ ਇਮਾਨਦਾਰੀ ਹੋ ਸਕਦੀ ਹੈ, ਮੈਂ ਤਾਂ ਇਨਸਾਨ ਹਾਂ, ਅਤੇ ਇਸ ਲਈ ਇਨਸਾਨੀਅਤ ਦੇ ਤੌਰ 'ਤੇ ਸਾਨੂੰ ਪੰਜਾਬ ਵਿੱਚ ਸਨਮਾਨ ਕਰਨਾ ਹੈ। ਮੈਂ ਨਹੀਂ ਛੱਡ ਸਕਦਾ ਕਿ ਜਿਵੇਂ ਮਰਜ਼ੀ ਚੱਲਦਾ ਪਿਆ ਚੱਲਣ ਦਿਓ, ਨਹੀਂ, ਤੁਸੀਂ ਗੋਲੀ ਲੱਗਦਾ ਹੈ, ਬੱਚੇ ਵਿਗੜ ਰਹੇ ਨੇ, ਸ਼ਾਦੀ ਦੇ ਵਿੱਚ ਗੋਲੀ ਚੱਲ ਰਹੇ ਨੇ, ਕੁਲਵਿੰਦਰ ਕੌਰ ਦੀ ਮੌਤ ਹੋਇਆ ਮੋਰੀ ਮੰਡੀ ਦੇ ਵਿੱਚ, ਉਸ ਤੋਂ ਬਾਅਦ ਵੀ ਗੋਲੀਬਾਰੀ ਹੋਈ, ਵੀ ਸਾਰੇ ਦੇਖਣ ਤੋਂ ਬਾਅਦ ਮੈਂ ਨਹੀਂ ਚੁੱਪ ਬੈਠ ਸਕਦਾ, ਕਿਉਂਕਿ ਵਿਦੇਸ਼ ਵਿੱਚ ਬੈਠੇ ਕੁਝ ਬਹੁਤ ਚੰਗੇ ਲੋਕ, ਹਿੰਦੁਸਤਾਨ ਦੇ ਵਿੱਚ ਬੈਠੇ ਬਹੁਤ ਬੈਠੇ ਚੰਗੇ ਲੋਕ ਕਹਿੰਦੇ ਨੇ ਕਿ ਤੁਹਾਡੇ ਵਰਗੇ ਕੰਮ ਹੋਰ ਹੋਣ ਦੀ ਲੋੜ ਹੈ, ਉਹ ਸ਼ਕਤੀ ਹੈ ਮੇਰੇ ਲਈ, ਮੈਂ ਕੰਮ ਕਰਾਂਗਾ। ਸ਼ੁਕਰੀਆ ਰਾਓ ਸਾਹਿਬ। ਸੋ ਤੁਸੀਂ ਦੇਖਿਆ ਕਿ ਪੰਜਾਬ ਦੀ ਰੋਟੀ ਖਾਣ ਵਾਲੇ, ਪੰਜਾਬ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਗਾਇਕ ਹੈਗੇ ਨੇ, ਉਹ ਬਿਲਕੁਲ ਇਸ ਗੱਲ ਬਾਰੇ ਨਹੀਂ ਸੋਚ ਰਹੇ ਕਿ ਆਉਣ ਵਾਲਾ ਜੋ ਸੱਭਿਆਚਾਰ ਹੈ ਉਹਨੂੰ ਉਹ ਇੱਕ ਸਰਾਪ ਦੇ ਰਹੇ ਨੇ, ਪਰੰਤੂ ਇੱਕ ਨੌਨ ਪੰਜਾਬੀ ਬੰਦਾ ਇਸ ਗੱਲ ਦੇ ਖਿਲਾਫ਼ ਝੰਡਾ ਚੱਕੀ ਖੜਾ ਹੈ। ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦੀ ਮਦਦ ਕਰੀਏ, ਅਤੇ ਇੱਕ ਵਨਮੈਨ ਆਰਮੀ ਵਾਲਾ ਬੰਦਾ ਜੋ ਕਿ ਪੰਜਾਬੀ ਲੱਚਰ ਗਾਇਕੀ ਦੇ ਖਿਲਾਫ਼ ਖੜਾ ਹੋ ਸਕਦਾ ਤਾਂ ਬਾਕੀ ਪੰਜਾਬ ਕਿਉਂ ਨਹੀਂ ਹੋ ਸਕਦਾ? ਕਿਉਂਕਿ ਜੇਕਰ ਪੰਜਾਬੀ ਗਾਣੇ ਗਾਉਣ ਵਾਲੇ ਇਸ ਸਮਾਜ 'ਚ ਰਹਿੰਦੇ ਨੇ ਤਾਂ ਪੰਜਾਬੀ ਗਾਣੇ ਸੁਣਨ ਵਾਲੇ ਵੀ ਇਸੇ ਸਮਾਜ ਦਾ ਹਿੱਸਾ ਨੇ। ਸੋ ਵੀਰੋ, ਜਾਗਣ ਦੀ ਲੋੜ ਹੈ ਕਿ ਆਉਣ ਵਾਲਾ ਸਮਾਂ, ਤਾਂ ਕਿ ਤੁਹਾਡੀ ਜੋ ਅਗਲੀ ਪਨੀਰੀ ਹੈ ਉਹਦੇ ਵਾਸਤੇ ਕੁਛ ਨਾ ਕੁਛ ਕਰਕੇ ਜਾਣਾ ਚਾਹੀਦਾ, ਜਿਹਦੇ ਵਿੱਚ ਲੱਚਰ ਗਾਇਕੀ ਨਹੀਂ ਹੋਣੀ ਚਾਹੀਦੀ। ਕੈਮਰਾਮੈਨ ਸੁਨੀਲ ਦੇ ਨਾਲ ਸੁਸ਼ੀਲ ਗਰਚਾ, ਹਮਦਰਦ TV, ਚੰਡੀਗੜ੍ਹ।